ਤੇ ਉਦੋਂ ਦੂਜੇ ਸਾਲ ਸਾਡਾ ਮੈਚ ਹੋ ਗਿਆ ਉੱਤੇ ਇਹਨਾਂ ਨਾਲ, ਲੋਕ ਸਾਡੇ ਪਿੱਛੇ ਦੰਨਾਂ 'ਤੇ ਖੜ੍ਹੇ, ਲੋਕ ਕਹਿੰਦੇ ਤੁਹਾਡੇ ਵੱਟੇ ਮਾਰਾਂਗੇ ਜੇ ਅਗਤੀ ਰਲੇ, ਪਿਛਲੇ ਸਾਲ ਹਰ ਵੀ ਹੁਣ ਨਹੀਂ ਆਉਣਾ ਚਾਹੀਦਾ ਮੈਚ। ਹਾਂਜੀ। ਅਤੇ ਪਰ ਅਸੀਂ ਕਹਿੰਦੇ ਨਹੀਂ, ਮੈਚ ਤਾਂ ਉਦੋਂ ਵੀ ਨਹੀਂ ਹੋਇਆ ਸੀ ਅਤੇ ਹੁਣ ਵੀ ਨਹੀਂ ਹੁੰਦਾ ਜੀ, ਫਿਰ ਦੂਜੇ ਸਾਲ ਦੇ ਬਾਹਲੇ ਪੁਆਇੰਟਾਂ 'ਤੇ ਹਰਾਤਾ ਸੀ ਜੀ। ਕੋਈ ਹੋਰ ਯਾਦਗਾਰੀ ਮੈਚ ਜੀ? ਯਾਦਗਾਰੀ ਮੈਚ ਤਾਂ ਤਕਰੀਬਨ ਸਾਰੇ ਯਾਦਗਾਰੀ ਹੁੰਦੇ ਆ, ਅਤੇ ਮੈਚ ਤਾਂ ਉਦੋਂ ਕੋਈ ਮਾੜਾ ਹੁੰਦਾ ਹੀ ਨਹੀਂ ਸੀਗਾ, ਜਦੋਂ ਚਲੋ ਪਾਕਿਸਤਾਨ ਵਾਲਿਆਂ ਨਾਲ ਮੈਚ ਲੱਗਦਾ ਹੁੰਦਾ ਸੀ, ਐਂ ਹੁੰਦਾ ਸੀ ਵੀ ਸਵੇਰ ਨੂੰ ਮੈਚ ਪਾਕਿਸਤਾਨ ਵਾਲਿਆਂ ਨਾਲ ਇੰਗਲੈਂਡ ਲੰਬੀ ਉਹਨਾਂ ਨੇ ਲੱਗਣਾ, ਵੱਡੇ ਪਲੇਅਰ ਖੇਡਦੇ ਆ ਅਤੇ ਇੱਕ ਦੂਜੇ ਨੂੰ ਕਹਿਣਾ ਵੀ ਤੁਹਾਡਾ ਮੈਚ ਵੀ ਪਹਿਲਾਂ ਵਾ, ਸਾਨੂੰ ਉੱਥੇ ਪਲੇਅਰ ਪੰਜ ਹੀ ਖੇਡਦੇ ਆ, ਉਦੋਂ ਖੇਡਦੇ ਸਾਡੇ ਵੇਲੇ ਇੰਗਲੈਂਡ ਪੰਜ ਹੀ ਖੇਡਦੇ, ਜੇ ਪਤਾ ਲੱਗਣਾ ਵੀ ਤੁਹਾਡਾ ਫਲਾਨੀ ਟੀਮ ਨਾਲ ਪੰਜ ਪਾਕਿਸਤਾਨ ਵਾਲੇ ਖੇਡਦੇ ਉਹਨਾਂ ਦੇ ਮੂਹਰੇ, ਇੱਕ ਦੂਜੇ ਨੂੰ ਕਹਿਣਾ ਤੁਹਾਡੇ ਨਾਲ ਵੀ ਕਾਇਮ ਹੋ ਕੇ ਖੇਡੋ, ਕਿਤੇ ਇਹਨਾਂ ਨੂੰ ਨਾ ਹਰਜੋ, ਇੱਕ ਦੂਜੇ ਨੂੰ ਆਦਾ ਉਹ ਨਾ ਹੋ ਜੇ ਵੀ ਥੱਲਾ ਨਾ ਲੱਗ ਜਾਵੇ ਵੀ ਇਹਨਾਂ ਨਾਲ ਜਿੱਤਣਾ ਹੀ ਜਿੱਤਣਾ ਵਾ। ਉਦੋਂ ਬਾਅਦ ਸਾਡਾ ਮੈਚ, ਚਲੋ ਉਹਨਾਂ ਨਾਲ ਪਹਿਲਾ ਮੈਚ ਅਸੀਂ ਉਹਨਾਂ ਨੂੰ ਹਰਾਇਆ, ਅਤੇ ਉੱਥੇ ਸਾਊਥ ਹਾਲ ਮੈਚ ਸੀਗਾ ਅਤੇ ਉਹ ਬਾਹਰ ਮੈਚ ਬੈਠੇ ਦੇਖਦੇ ਸੀਗੇ ਜੀ, ਅਤੇ ਉਹ ਆਏ ਸੀ ਨਵੇਂ ਪਾਕਿਸਤਾਨ ਤੋਂ, ਤਾਰਾ ਗੁੱਜਰ ਸੀ ਇੱਕ, ਅਤੇ ਕਈ ਜਾਪੀ ਹੁਣ ਤਾਂ ਮੈਂ ਨੌਂ ਜਿਹੇ ਭੁੱਲੇ ਪਿਆ ਉਹਨਾਂ ਦੇ, ਅਤੇ ਉਹ ਖੇਡਦੇ ਅਤੇ ਮੈਂ ਵਧੀਆ ਮੈਚ ਖੇਡੀ ਜਾਂਦਾ ਸੀਗਾ ਉਹਨਾਂ ਦਾ ਮੈਚ, ਸਾਡਾ ਭੀਮੇ ਨਾਲ, ਲੱਕੀ ਕਰਾਲੀ ਵਾਲੇ ਨਾਲ, ਦੋ ਸਿੰਘ ਪਾਉਣ ਦੀਆਂ ਕੋਡੀਆਂ, ਅਤੇ ਉੱਥੇ ਉਹਨਾਂ ਦਾ ਮੈਚ ਚੱਲਦਾ, ਸਾਡਾ ਮੈਚ ਚੱਲਦਾ ਸੀ ਅਤੇ ਜੱਫੇ ਲਾਈ ਜਾਂਦਾ ਸੀ, ਵਧੀਆ ਜੱਫੇ ਲਾਈ ਜਾਂਦਾ, ਮੈਚ ਸਾਡਾ ਚੱਲੀ ਜਾਂਦਾ ਸੀਗਾ। ਉਹ ਚੈਨੇ ਨੂੰ ਪੁੱਛਦੇ ਸੀ ਯਾਰ ਇਹ ਕੌਡੀ ਕਿੱਥੋਂ ਸਿੱਖ ਗਿਆ, ਵੀ ਚੈਨੇ ਨੂੰ ਬੈਠੇ ਵੀ ਕੌਡੀ ਕਿਵੇਂ ਸਿੱਖ ਗਿਆ ਯਾਰ, ਵੀ ਸਾਰੇ ਲਗਾਵ ਮਾਰਦਾ ਇਹ, ਐਂ ਕਰਦਾ ਫਲਾਨਾ, ਵੀ ਕੁਛ ਸਿੱਖਿਆ ਕਿੱਥੋਂ ਆ। ਚੈਨਾ ਹੱਸਣ ਲੱਗ ਗਿਆ ਵੀ ਸਿੱਖਿਆ ਸਾਡੇ ਪਿੰਡ ਹੀ ਆ, ਅਸੀਂ ਸਿਖਾਇਆ ਕਹਿੰਦਾ ਉਹਨਾਂ ਨੂੰ, ਲੱਗ ਗਿਆ ਗੱਲਾਂ ਬਾਤ ਮਾਰਦੇ ਰਹੇ, ਅਤੇ ਉਹਦੇ ਮੈਂ ਜੱਫੇ ਲਾਏ, ਬਹੁਤ ਜੱਫੇ ਲਾਏ ਉਹਦੇ ਮੈਂ, ਇੱਕੀ ਟੱਚ ਹੋਣਗੇ ਉਹਦੇ ਮੇਰੇ, ਅਤੇ 18-19 ਜੱਫੇ ਸੀ ਮੇਰੇ ਜੀ ਉਹਦੇ। ਹਾਂਜੀ। ਇੱਕ ਮੈਚ ਦੇ ਵਿੱਚ? ਇੱਕ ਮੈਚ ਦੇ। ਕਿਹੜੇ ਸਾਲ ਦੇ ਵਿੱਚ ਸੀ? 99 ਦੇ ਵਿੱਚ ਸੀਗੇ। 99? ਹਾਂਜੀ ਜੀ। ਅਤੇ ਉਹੀ ਮੈਚ ਦੇ ਵਿੱਚ ਲਾਇਆ ਹੋਇਆ ਸੀ ਮੇਰੇ, 50 ਪਾਉਂਡ ਦੋ ਬੰਦੇ ਨੇ ਜਿੱਤ ਗਈ ਸਾਡੇ ਇੱਥੋਂ ਦੇ, ਇੱਕ ਤਾਂ ਕਮਾਲਪੁਰੇ ਦੇ ਬੰਦੇ ਆ ਅਤੇ ਇੱਕ ਝੋਲਣਾ ਦਾ ਸੀਗਾ ਜੀ, ਉਹਨਾਂ ਨੇ 50-50 ਪਾਉਂਡ ਲਾ ਕੇ ਮੈਨੂੰ ਕਹਿੰਦੇ ਵੀ ਉਹਨਾਂ ਵੀ 4-5 ਸਵਾ ਲਾਊਗਾ ਜਫੇ, ਅਤੇ ਉੱਦਾਂ ਮੈਨੂੰ ਕਹਿੰਦੇ ਵੀ ਤੂੰ ਤਾਂ ਮਹਿੰਗਾ ਪੈਂਦਾ ਸੀ, ਮੀਨ ਕਾਹਨੂੰ ਇੰਨੇ ਲਾਉਣੇ, 10 ਪਾਉਂਡ ਲਾਵਾਂਗੇ ਤਾਂ ਹੱਸਣ ਲੱਗ ਗਏ, ਕਹਿੰਦੇ ਤਾਂ ਮਹਿੰਗਾ ਪੈਂਦਾ ਰੋਜ਼ ਹੀ ਸਾਨੂੰ, ਤੁਸੀਂ ਤਾਂ ਗੰਦਲਾ ਦੀ, ਹਾਂ ਵੀ ਐਂ ਨਹੀਂ ਚੱਲ 5-7 ਹਨਾ, ਬਹੁਤ 12-13 ਜੱਫੇ ਤਾਂ ਬਹੁਤ ਲਾਏ ਹੈਗੇ, ਬਹੁਤ ਗੇਰਾਂ ਲਗਾਤਾਰ ਵੀ 8-8 ਜੱਫੇ ਲਾਏ ਆ ਜੀ, ਅਤੇ 8-8 9-9 ਜੱਫੇ ਲਗਾਤਾਰ ਵੀ ਲਾਇਆ ਇੰਗਲੈਂਡ ਮੈਂ, ਅਤੇ ਚਲੋ